ਸਤਿ ਸ਼੍ਰੀ ਅਕਾਲ ਦੋਸਤੋ। ਬੇਸ਼ੱਕ ਅੱਜ ਜਿਹੜੀ ਹੜਤਾਲ ਦੇ ਕਾਰਨ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਹੜੀ ਬੋਲੀ ਆ ਉਹ ਕਿਤੇ ਨਾ ਕਿਤੇ ਜਿਹੜੀ ਪ੍ਰਭਾਵਿਤ ਹੋਈ ਹੈ। ਅਤੇ ਅਬੋਹਰ ਮੰਡੀ ਦੀ ਗੱਲ ਕਰੀਏ ਕਿੰਨੂ ਦੀ, ਤਾਂ ਇੱਥੇ ਜਿਹੜੀ ਬੋਲੀ ਆ ਉਹ ਨਹੀਂ ਹੋਈ। ਇੱਥੇ 2 ਅਤੇ 3 ਜਨਵਰੀ ਦੇ ਲਈ ਜਿਹੜੀ ਬੋਲੀ ਆ ਉਹ ਰੱਦ ਕਰ ਦਿੱਤੀ ਗਈ ਆ। 2 ਅਤੇ 3 ਜਨਵਰੀ ਨੂੰ ਬੋਲੀ ਆ ਉਹ ਜਿਹੜੀ ਨਹੀਂ ਹੋਵੇਗੀ। ਪਰ ਦੇਸ਼ ਦੀਆਂ ਹੋਰਨਾਂ ਮੰਡੀਆਂ ਦਾ ਇੱਕ ਵਾਰ ਆਪਾਂ ਚੱਕਰ ਲਗਾ ਲੈਂਦੇ ਹਾਂ ਕਿ ਅੱਜ ਕਿੱਥੇ ਕਿੱਥੇ ਭਾਅ ਜਿਹੜੇ ਕੀ ਰਹੇ ਨੇ। ਤਾਂ ਹਰਿਦੁਆਰ ਦੇ ਮੰਗਲੌਰ ਦੇ ਵਿੱਚ ਜਿਹੜਾ ਕਿੰਨੂ ਦਾ ਭਾਅ ਰਿਹਾ ਉਹ 10 ਰੁਪਏ ਪ੍ਰਤੀ ਕਿਲੋ ਰਿਹਾ ਹੈ ਜੀ, ਮੀਡੀਅਮ ਸਾਈਜ਼ ਦਾ। ਅਤੇ ਗੰਗਾਨਗਰ ਦੇ ਵਿੱਚ 11 ਰੁਪਏ ਪ੍ਰਤੀ ਕਿਲੋ ਰਿਹਾ। ਬੀਕਾਨੇਰ ਦੇ ਵਿੱਚ 18 ਰੁਪਏ ਪ੍ਰਤੀ ਕਿਲੋ ਵਿਕਿਆ ਕਿੰਨੂ। ਫਿਰੋਜ਼ਪੁਰ ਦੇ ਜੀਰਾ ਵਿੱਚ ਜਿਹੜਾ ਕਿੰਨੂ ਦਾ ਭਾਅ ਰਿਹਾ ਉਹ 18 ਰੁਪਏ ਪ੍ਰਤੀ ਕਿਲੋ ਰਿਹਾ। ਤਰਨ ਤਾਰਨ ਦੇ ਵਿੱਚ 16 ਰੁਪਏ ਪ੍ਰਤੀ ਕਿਲੋ ਵਿਕਿਆ ਕਿੰਨੂ। ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਟਾਂਡਾ ਉਰਮਰ ਵਿੱਚ ਜਿਹੜਾ ਕਿੰਨੂ ਦਾ ਭਾਅ ਹਰ ਰੋਜ਼ ਦੀ ਤਰ੍ਹਾਂ 40 ਰੁਪਏ ਪ੍ਰਤੀ ਕਿਲੋ। ਅਤੇ ਮੌੜ ਦੇ ਵਿੱਚ, ਬਠਿੰਡਾ ਦੇ ਮੌੜ ਵਿੱਚ ਕਿੰਨੂ ਦਾ ਭਾਅ 19 ਰੁਪਏ ਪ੍ਰਤੀ ਕਿਲੋ ਰਿਹਾ। ਮਾਨਸਾ ਦੇ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ। ਲੁਧਿਆਣਾ ਦੇ ਵਿੱਚ ਕਿੰਨੂ ਜਿਹੜਾ 22 ਰੁਪਏ ਪ੍ਰਤੀ ਕਿਲੋ ਵਿਕਿਆ। ਅਤੇ ਮੋਹਾਲੀ ਦੇ ਖਰੜ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ। ਅੱਜ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਹੁਤ ਸਾਰੀਆਂ ਥਾਵਾਂ 'ਤੇ ਜਿਹੜੇ ਭਾਅ ਨੇ ਉਹ ਹਰ ਰੋਜ਼ ਦੀ ਤਰ੍ਹਾਂ ਜਿਹੜੇ ਕਿੰਨੂ ਦੇ ਭਾਅ ਨੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਪਰ ਕਿਤੇ ਨਾ ਕਿਤੇ ਜਿਹੜੇ ਟਰੱਕਾਂ ਦੀ ਹੜਤਾਲ ਦੇ ਕਾਰਨ ਜਿਹੜਾ ਪ੍ਰਭਾਵਿਤ ਹੋਈ ਆ ਬੋਲੀ। ਅਤੇ ਗੱਲ ਕਰੀਏ ਫਿਰੋਜ਼ਪੁਰ ਸਿਟੀ ਦੀ, ਤਾਂ ਇੱਥੇ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ। ਪਟਿਆਲਾ ਦੇ ਵਿੱਚ ਜਿਹੜਾ ਕਿੰਨੂ ਆ ਉਹ 25 ਰੁਪਏ ਪ੍ਰਤੀ ਕਿਲੋ ਵਿਕਿਆ। ਲੁਧਿਆਣਾ ਦੇ ਦੁਰਾਹਾ ਵਿੱਚ ਕਿੰਨੂ ਦਾ ਭਾਅ 17 ਰੁਪਏ ਪ੍ਰਤੀ ਕਿਲੋ ਵਿਕਿਆ। ਸੰਗਰੂਰ ਦੇ ਧੂਰੀ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਜੀ। ਅਤੇ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਹੀ ਕਿੰਨੂ 30 ਰੁਪਏ ਪ੍ਰਤੀ ਕਿਲੋ ਵੀ ਵਿਕਿਆ। ਇਸੇ ਤਰ੍ਹਾਂ ਹੀ ਬਟਾਲਾ ਵਿੱਚ ਕਿੰਨੂ ਦਾ ਭਾਅ 17 ਰੁਪਏ ਪ੍ਰਤੀ ਕਿਲੋ ਰਿਹਾ। ਅਤੇ ਅੰਮ੍ਰਿਤਸਰ ਵਿੱਚ ਕਿੰਨੂ 13 ਰੁਪਏ ਪ੍ਰਤੀ ਕਿਲੋ ਵਿਕਿਆ। ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ। ਇਸੇ ਤਰ੍ਹਾਂ ਹੀ ਸੋਲਨ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 20 ਰੁਪਏ ਪ੍ਰਤੀ ਕਿਲੋ ਰਿਹਾ। ਅਤੇ ਕਾਂਗੜਾ ਦੇ ਪਾਲਮਪੁਰ ਵਿੱਚ ਕਿੰਨੂ 28 ਰੁਪਏ ਪ੍ਰਤੀ ਕਿਲੋ ਵਿਕਿਆ। ਦੋਸਤੋ ਇਹ ਸੀ ਅੱਜ ਦੇ ਕਿੰਨੂ ਮੰਡੀ ਦੇ ਭਾਅ। ਧੰਨਵਾਦ।